ਅਸਲਾਮੁਅਲੈਕੁਮ ਤੁਸਰੇ ਦੇ ਪੇਵੇ YouTube ਚੈਨਲ ਲਈ ਇਹਦਾ ਗਰੀਬ ਤੇ ਮੈਂ ਆ ਤੁਹਾਡਾ ਦੋਸਤ ਹਾਜੀ ਮੁਹੰਮਦ ਇਹ ਦੇਖੋ ਮੇਰੇ ਕੋਲ ਡੀਡੀਪੀ ਬੱਕਰੀਆਂ ਖੜੀਆਂ ਨੇ ਦੇਦੇ ਪੇਵੇ ਅੱਜ ਮੈਂ ਇਹ ਵੀਡੀਓ ਪਤਾ ਕਿਸ ਕੀਤੇ ਬਣਾਉਂਦਾ ਪਿਆ ਅੱਜ ਬੱਕਰੀ ਸੇਲ ਕਰਨ ਵਾਸਤੇ ਨਹੀਂ ਬਣਾਉਂਦਾ ਪਿਆ ਅੱਜ ਤੁਹਾਕੂ ਮੈਂ ਫਾਰਮੂਲਾ ਇੱਕ ਦੱਸਾਂਦਾ ਪਿਆ ਕਿਉਂਕਿ ਮੌਸਮ ਤਬਦੀਲ ਥੀ ਨਾ ਪਏ ਤੇ ਤੁਹਾਕੂ ਇਹ ਚੀਜ਼ ਦਾ ਇਲਮ ਹੋਵੇ ਬੱਕਰੀਆਂ ਦਾ ਹਫਾਜ਼ਤ ਕਿਵੇਂ ਕਰੀਦੀ ਠੀਕ ਹੈ ਸ਼ਾਇਦ ਮੇਰੇ ਕੋਲ ਜ਼ਿਆਦਾ ਕੋਈ ਕਾਰੀਗਰ ਪੈ ਹੋਸਨ ਲੇਕਿਨ ਮੇਰੇ ਹੀ ਹੱਕ ਬਣਦਾ ਹੈ ਕਿ ਮੈਂ ਵੀ ਤੁਹਾਨੂੰ ਦੱਸਾਂ ਹੋ ਸਕਦਾ ਹੈ ਉਹ ਮੇਰੇ ਤੋਂ ਜ਼ਿਆਦਾ ਹੋਣ ਹੋ ਸਕਦਾ ਉਹਨਾਂ ਨੂੰ ਮੇਰੀ ਗੱਲ ਤਾਂ ਪਤਾ ਹੀ ਨਾ ਹੋਵੇ ਸਭ ਤੋਂ ਪਹਿਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋ ਬੈਲ ਦਾ ਬਟਨ ਦਬਾ ਦਿਓ ਬੜੀ ਮਿਹਰਬਾਨੀ ਹੋਸੀ ਅੱਜ ਤਰੀਖੇ ਦੀ 11 ਤਰੀਜ ਮਹੀਨਾ 2024 ਖੈਰ ਦਾ ਸਵੇਰੇ ਮਹਰਮਜ਼ਾਨੀ ਦਿਸਦਾ ਪੇ ਮੇਰੀ ਤਰਫੋਂ ਸਾਰੇ ਮੁਸਲਮਾਨੋ ਨੂੰ ਮਹਰਮਜ਼ਾਨ ਮੁਬਾਰਕ ਹੋਵੇ ਤੇ ਇਨਸ਼ਾਅੱਲਾ ਰੋਜ਼ੇ ਰਖੋ ਸਾਰੇ ਰਖੋ ਇਨਸ਼ਾਅੱਲਾ ਮੈਂ ਵੀ ਰਖਾਂਗਾ ਠੀਕ ਹੈ ਅੱਲਾ ਖੈਰ ਕਰੇ ਤੁਹਾਂ ਕੋ ਇਹ ਮੇਰੇ ਸਹਿੰਦਾ ਪਿਆ ਕਿ ਇਹ ਹੁਣ ਮੇਰਾ ਵਾੜਾ ਹੈ ਬਾੜਾ ਹੈ ਫਾਰਮ ਹੈ ਮੇਰਾ ਇਹ ਅੱਜ ਕੱਲ ਮੌਸਮ ਚੇਂਜ ਥਿੰਦਾ ਪੇ ਮੱਖੀ ਦਾ ਮੌਸਮ ਹੈ ਕੀੜੇ ਦਾ ਮੌਸਮ ਹੈ ਜ਼ਰੀਕ ਕੋਈ ਜ਼ਖਮ ਥਿਆ ਜਾਨਵਰ ਕੋ ਪਾਇ ਵੰਦੇ ਤੁਸਾਂ ਕੋਈ ਵੀ ਸਪਰੇ ਗਿੰਗਨੋ ਕੋਈ ਸਪਰੇ ਹੋਵੇ ਹੋਵੇ ਮੱਖੀ ਕੀੜੇ ਵਾਸਤੇ ਉਤੋਂ ਸ 15 ਮਿੰਟ 20 ਮਿੰਟ ਜਾਨਵਰ ਨੂੰ ਬਾਹਰ ਕੱਢ ਦੇਸੋ ਠੀਕ ਹੈ ਜਿਹੜੀ ਜਗ੍ਹਾ ਤੁਸਾਂ ਬਕਰੀਆਂ ਵਾਸਤੇ ਰੱਖੀ ਹੋਈ 15 ਤੋਂ 20 ਮਿੰਟ ਜਾਨਵਰ ਨੂੰ ਬਾਹਰ ਕਾਢੇ ਸੋ ਉਥਾ ਤੁਸੀਂ ਸਪਰੇਅ ਮਾਰ ਕੇ ਨੂੰ ਤਾਂ ਕਿ ਉਥਾ ਕੋਈ ਕੀੜਾ ਮਕੋੜਾ ਜੂੰ ਹੈ ਜਿਹੜੀ ਸ਼ੈਵੀ ਹੈ ਮਰ ਵੰਜੇ ਠੀਕ ਹੈ ਉਹ ਖਤਮ ਥੀ ਵੰਜੇ ਇਹਨਾਂ ਦੀ ਹਿਫਾਜ਼ਤ ਵਾਸਤੇ ਉਹ ਤੁਸੀਂ ਮਾਰ ਕੇ ਵਲਾ ਤੁਸੀਂ ਚੂਨਾ ਉਤੇ ਸੱਟ ਸਕਦੇ ਹੋ ਚੂਨਾ ਨਾ ਹੀ ਸੱਟੋ ਤਾਂ ਕੋਈ ਮਸਲਾ ਮਸਾਇਲ ਕੋਈ ਨਹੀਂ ਅਗਰ ਤੁਸੀਂ ਇਹਨਾਂ ਦੇ ਅਸਤ ਸੜੇ ਨੇ ਬਕਰੀਆਂ ਦੇ ਮੈਦੇ ਵਾਸ਼ ਕਰਨੇ ਪਹਿਣੇ ਪੇੜ ਸਾਫ ਕਰਨੇ ਕੀੜਾ ਛਿੜਾ ਨਾ ਹੋਵੇ ਤੁਸਾਂ ਅਗਰ ਹੁਣ ਮੌਸਮ ਚੇਂਜ ਤੁਸਾਂ ਅਗਰ ਕੋਈ ਕੀੜਿਆਂ ਦੀ ਦਵਾਈ ਪਿਲਾਉਣਾ ਚਾਹੋ ਤਾਂ ਤੁਸਾਂ ਹੁਣ ਵੀ ਪਿਲਾ ਸਕਦੇ ਵੇਜ ਯਾਨੀ ਕਿ ਕਿਉਂਕਿ ਅੱਗਾ ਵਾਲਾ ਜ਼ਿਆਦਾ ਗਰਮੀ ਆਵੇ ਸੀ ਵਲਾਈ ਇੱਕੋ ਲਗਦਨ ਮੋਸ਼ਨ ਡੂਤਰਾ ਜਿਹੜੇ ਤਾਂ ਕਿ ਹੁਣ ਸਰਦੀ ਗਰਮੀ ਹੈ ਪਈ ਇਹ ਤਾਂ ਕਿ ਇਹਦੇ ਅੰਦਰ ਦੀ ਸਫਾਈ ਧੀ ਵੰਜੇ ਬੱਕਰੀ ਵੀ ਸਾਈਟ ਧੀ ਵੰਜੇ ਦੂਜੀ ਗਾਲ ਇਹ ਹੈ ਇਹ ਸਪਰੇਅ ਵਾਲਾ ਕੰਮ ਤੁਸਾਂ ਲਾਜ਼ਮੀ ਕਰਨਾ ਹੈ ਕਿਉਂ ਇਹ ਸਪਰੇਅ ਲਾਜ਼ਮੀ ਹੈ ਇਹ ਦਵਾਈ ਜਾਵਾ ਤਾਕੂ ਮੈਂ ਇੱਕ ਦਵਾਈ ਦਿਸੇਂਦਾ ਪਿਆ ਤੁਹਾਂ ਗੂ ਇਹ ਤੁਸਾ ਇੰਜੈਕਸ਼ਨ ਤੁਸਾ ਆਪ ਘਿੰਕੇ ਲਾ ਸਕਦੇ ਵੇ ਠੀਕ ਹੈ ਇਹ ਇੰਜੈਕਸ਼ਨ ਦਾ ਫਾਇਦਾ ਕੀ ਹੈ ਇਹ ਜਿਹੜਾ ਹੁਣ ਇਹ ਇਹ ਬੱਕਰੀਆਂ ਹੀ ਥਖਣੇ ਦੀ ਏ ਖੁਰਕ ਮਰੇ ਦੀ ਜਿਵੇਂ ਕਿ ਖਨੇਨੀ ਠੀਕ ਹੈ ਇਹ ਇਹ ਦਵਾਈ ਸਿਰਫ ਉਹ ਕੋ ਕੰਟਰੋਲ ਕਰੇ ਸੀ ਜ਼ਖਮ ਕੋ ਕੰਟਰੋਲ ਕਰੇ ਸੀ ਤੇ ਜੂਆਂ ਕੋ ਕੰਟਰੋਲ ਕਰੇ ਸੋ ਉੱਤੇ ਜਿਹੜਾ ਅਸਾਂ ਚਾਵਾ ਮਾਵਾ ਸਦੇ ਨੇ ਜਾਂ ਬਾਰ ਬਾਰ ਖੰਦੀਨ ਇਹ ਉਹਦੇ ਵਾਸਤੇ ਦਵਾਈ ਇਹ ਦੇ ਗਿਨੋ ਠੀਕ ਹੈ ਇਹਦਾ ਮੈ ਕੋ ਨਾ ਨਹੀਂ ਆਦਾ ਮੈਂ ਥੋੜੀ ਜਿਹੀ ਪੜ ਗਿਨ ਸਾ ਆਈ ਮੈਂ ਕਿ ਜਿਹੜਾ ਹੈ ਠੀਕ ਹੈ ਇਹ ਤੁਸਾ ਦਵਾਈ ਇਹ ਕੋ ਲਾਉਣ ਦਾ ਇਹਦਾ ਤਰੀਕਾ ਕੀ ਹੈ ਵੱਡਾ ਅਗਰ ਇਹ ਬੱਕਰੀ ਵੱਡੀ ਹੈ ਇਹ ਕੋ ਤੁਸਾ 1.2 ਸੀਸੀ 2 ਸੀਸੀ ਤੋਂ ਵਾਧ ਨਾ ਲੈਸੋ ਜਿਵੇਂ ਇਹ ਛੋਟਾ ਨਰ ਖੜੇ ਇਹ ਕੋ ਤੁਸਾ 1 ਸੀਸੀ ਲੈਸੋ ਇਸ ਤੋਂ ਥੋੜਾ ਜਿਹਾ ਵੱਡਾ ਹੈ ਤੁਸਾ 1.5 ਸੀਸੀ ਲੈਸੋ 1.5 ਸੀਸੀ ਇਜੈਕਸ਼ਨ ਪਾ ਕੇ ਤੁਸਾ ਇਹਦੀ ਗਰਦਨ ਤੇ ਲਾਉਣੇ ਚਮੜੇ ਦੇ ਵਿੱਚ ਲਾਉਣੇ ਗੋਸ਼ਤ اچ 80 ਕਾ ਨਮਨ ਗੋਸ਼ਤ اچ ਵੈਸੀ ਤਾਂ ਨੁਕਸਾਨ ਕਰੇ ਸੀ ਅਗਰ ਚਮੜੇ ਚ ਵੈਸੀ ਤਾਂ ਇਹ ਦੂਤ ਰਾਹੀ ਦੇ ਅੰਦਰ ਅੰਦਰ ਇੰਦੀ ਉਤੂ ਜਲਤੀ ਸਹੀ ਥੀਂਦੀ ਵੈਸੀ ਵਜੂਦ ਦੀ ਸ਼ੈਨੰਗੀ ਥੀਂਦੀ ਵੈਸੀ ਜਾਨਵਰ ਮੋਟੇ ਥੀਂਦਾ ਵੈਸੀ ਇੰਦੇ ਚ ਜਿਹੜੀ ਜੂ ਹੋਸੀ ਚਿਚੜ ਹੋਸਨ ਜੋ ਵੀ ਮਸਲਾ ਮਸੈਲ ਹੋਸੀ ਜਾਂ ਕੋਈ ਦਾਣਾ ਫੋੜਾ ਨਿਕਥਾ ਪਏ ਇਹ ਖਤਮ ਥੀ ਵੈਸੀ ਇੰਟੀ ਕੇ ਨਾਲ ਇਹ ਵਲਾ ਦੇ ਘੀਨੋ ਠੀਕ ਹੈ ਇਹ ਤੁਸਾਂ ਆਪ ਘੀਨ ਕੇ ਲਾ ਸਕਦੇ ਹੋ ਇਹਦੀ ਕੀਮਤ ਹੈ ਜੀ 1070 ਰੁਪਏ ਠੀਕ ਹੈ ਲੇਕਿਨ ਮੈਂ ਪਹਿਲੇ ਦਾ ਮੇਰੇ ਕੋਲ ਪਏ ਮੈਂ ਇੱਕ ਮਹੀਨਾ ਪਹਿਲੇ ਕੀ ਦੀ ਹੈ ਉਸ ਟਾਈਮ ਮੈਂ ਤਾਂ 500 ਕਿ 600 ਰੁਪਏ ਦੀ ਹੈ ਹੁਣ ਇਹ ਮਹਿੰਗੀ ਥੀ ਗਈ ਹੈ ਠੀਕ ਹੈ ਜੀ ਇਹ ਲਾਜ਼ਮੀ ਤੁਸੀਂ ਕਰਨਾ ਹੈ ਤਾਂ ਆਪਣੇ ਫਾਰਮ ਵਿੱਚ ਤੁਸੀਂ ਸਪਰੇ ਕਰ ਗਿਨੋ ਠੀਕ ਹੈ ਤੇ ਦੂਜਾ ਇਹਨਾਂ ਕੋ ਜਿਹੜੇ ਕਮਜ਼ੋਰ ਜਾਨਵਰ ਹਨ ਚਰਾ ਨਹੀਂ ਕਰੇ ਦਾ ਪਏ ਜਾਂ ਖੁਰਸ਼ੀਆ ਮਰੇ ਨੇ ਜੂ ਹਨ ਉਹਨਾਂ ਕੋ ਸਹੀ ਉਹਨਾਂ ਦੀ ਸ਼ੈਨਿੰਗ ਨਹੀਂ ਪਈ ਥੀਂਦੀ ਹਰ ਟਾਈਮ ਉਹ ਪਰੇਸ਼ਾਨ ਰਹਿੰਦੇ ਤੇ ਉਹਦੇ ਵਾਸਤੇ ਇਹ ਲਾਜ਼ਮੀ ਤੁਸੀਂ ਲਾਗਿਨੋ ਇਹ ਜ਼ਰੂਰੀ ਹੈ ਕਿਉਂਕਿ ਮੌਸਮ ਦੀ ਚੇਂਜਿੰਗ ਹੈ ਇਹ ਹਿਫਾਜ਼ਤ ਵਾਸਤੇ ਅੱਲਾ ਅੱਲਾ ਨਾ ਕਰੇ ਕੋਈ ਬਿਮਾਰੀ ਸ਼ਮਾਰੀ ਆ ਹੀ ਸਕਦੀ ਹੈ ਤੇ ਇਹ ਇਨਸ਼ਾ ਅੱਲਾ ਹਿਫਾਜ਼ਤ ਕਰੇ ਸੀ ਔਰ ਅੱਲਾ ਦੇ ਪਾਸ ਉਹ ਖੈਰ ਹੋਵੇ ਤੇ ਇਨਸ਼ਾ ਅੱਲਾ ਹਿਫਾਜ਼ਤ ਕਰੇ ਸੀ ਅਗਰ ਤੁਹਾਰੇ ਕੋਲ ਨਹੀਂ ਲੱਗਦਾ ਇੱਕ ਬਈ ਮੈਂ ਤੁਹਾਨੂੰ ਦੱਸਾਂ ਮੈਂ ਆਸਾ ਤੁਹਾਰੇ ਕੋਲ ਡਾ ਜਾਨਵਰ ਤੋਂ ਜ਼ਿਆਦਾ ਜਾਨਵਰ ਹਨ ਤਾਂ ਮੈਂ ਆਵੇ ਸਲਾਮਣ ਦੀ ਆਉਣ ਵੰਜਣ ਦਾ ਕਿਰਾਇਆ ਤੁਹਾਡਾ ਹੋ ਸੀ ਕਹੇ ਸ਼ਹਿਰ ਤੋਂ ਤੁਸੀਂ ਮੈਨੂੰ ਸੜਾਓ 2000 ਰੁਪਏ ਦੀ ਹਾੜੀ ਗਿਨਸਾ ਇਹ ਤੁਹਾਡੀ ਸਾਡੀ ਪਹਿਲੇ ਮੁਕੀ ਹੋਵੇ ਆਉਣ ਵੰਜਣ ਦਾ ਕਿਰਾਇਆ 2000 ਰੁਪਏ ਈਹਾੜੀ ਇਹ ਮੈਂ ਪਹਿਲੇ ਇਨਸਾਂ ਤੁਹਾਡੇ ਵਾਸਤੇ ਸਪਰੇ ਵੀ ਅਣੇ ਸਾ ਜੈਕਸ਼ਨ ਲੈਸ ਅਣੇ ਸਾ ਇਹਨਾਂ ਦੇ ਮੈਦੇ ਵਾਸ਼ ਕਰਨ ਵਾਸਤੇ ਪੇਟ ਸਾਫ ਕਰਨ ਵਾਸਤੇ ਉਹ ਦਵਾਈ ਵੀ ਅਣੇ ਸਾ ਉਹ ਦਵਾਈ ਦਾ ਖਰਚੇ ਤੁਹਾਡਾ ਹੋਸੀ ਉਹ ਖਰਚਾ ਪਹਿਲੇ ਭਿਜੇ ਸੋ ਮੈਂ ਜੈਕਸ਼ਨ ਗਿਨ ਕਿਹਾ ਸਮੇ ਕੋ ਦੱਸੇ ਸੋ ਵੀ ਬੱਕਰੀਆਂ ਦੀ ਤਦਾਦ ਇਤਨੀ ਹੈ ਇਤਨੀਆਂ ਬੱਕਰੀਆਂ ਸਾਰੇ ਕੁਲ ਇਤਨੇ ਸਾ ਟੀਕੇ ਲਾਉਣੇ ਇਤਨੇ ਉਹ ਮੈਦੇ ਕੰਮ ਨੇ ਮੈਂ ਉਤਨੀ ਦਵਾਈ ਅਣੇ ਸਾ ਇਹਨਾਂ ਦੇ ਮੈਦੇ ਵਾਸ਼ ਕਰਨ ਵਾਲੀ ਵੀ ਦਵਾਈ ਅਣੇ ਸਾ ਇਹ ਟੀਕੇ ਗਿਨ ਕਿਹਾ ਸੋ ਉਦਹੀਂ ਮੈਂ ਤੁਹਾਰੇ ਘਰ ਵਾਈਂ ਕੇ ਲਾ ਕੇ ਸਾ ਸਪਰੇ ਵੀ ਕਰਕੇ ਆਸਾ ਇਹ ਸਾਰਾ ਕੋਈ ਮਸਲਾ ਮਸਾਇਲ ਜਿਹੜਾ ਤੁਹਾਡਾ ਹੋਸੀ ਇਹ ਮੇਰੇ ਜ਼ਿੰਮੇ ਆ ਗਿਆ 2000 ਰੁਪਏ ਦੀ ਹਾੜੀ ਗਿੰਸਾ ਆਉਣ ਵਣਨ ਦਾ ਕਿਰਾਇਆ ਤੁਹਾਡਾ ਹੋਸੀ ਜਿੰਨੇ ਥੀਵੇ ਠੀਕ ਹੈ ਮੇਰੀ ਵੀਡੀਓ ਅੱਛੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਗਿੰਸਾ ਬੈਲ ਦਾ ਬਟਨ ਦਬਾ ਦੇਸੋ ਠੀਕ ਹੈ ਮੇਰਾ ਕਾਲ ਨੰਬਰ ਲਿਖ ਗਨੋ 03117843734 WhatsApp ਨੰਬਰ ਇਹ ਮੇਰਾ 03466589716 ਅੱਜ ਮੈਂ ਕੋਈ ਜਾਨਵਰ ਦੀ सेल की वीडियो नहीं पिया बने ठीक है अज मैं लाजमी दसना फर्ज़ क्यों है क्योंकि जानवर हैं इन्हों को नहीं पता होता कई यह लोग भी हैं उन्हों को नहीं पता कि फार्म बनाए जो नहीं बकरियों की हिफाजत लाजमी है ठीक है मिलते हैं अगली वीडियो पाकिस्तान जिंदाबाद